ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡ ਜਰਗ ਵਿਖੇ ਮਿਤੀ 26/12/2018 ਨੂੰ MLA ਲਖਵੀਰ ਸਿੰਘ ਲੱਖਾ ਹਲਕਾ ਪੈਲ ਤੇ ਰਜਿੰਦਰ ਸਿੰਘ ਲੱਖਾ ਰੌਣੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਪਿੰਡ ਜਰਗ ਤੋਂ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਸੁਨਹਿਰੀ ਮੌਕਾ ਮਿਲਿਆ ਹੈ। 15 ਸਾਲ ਹੋ ਗਏ ਆਪਣੇ ਨਗਰ ਨੂੰ ਪਿੱਛੇ ਜਾਂਦਿਆਂ ਨੂੰ। ਸਰਦਾਰ ਬਲਵੀਰ ਸਿੰਘ ਜੈਲ ਸਿੰਘ ਦੀ ਸਰਕਾਰ ਸੀ, ਵੀ ਉਦੋਂ ਸਰਪੰਚ ਬਣੇ ਸੀ। ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਨਹੀਂ ਹੋਇਆ, ਉਹਨਾਂ ਨੇ ਆਪਣੇ ਮਰਜ਼ੀ ਨਾਲ ਕੀਤਾ, ਜਿਹਦਾ ਕਿ ਪਿੰਡ ਨੂੰ ਕੋਈ ਫਾਇਦਾ ਨਹੀਂ ਹੋਇਆ। ਹੁਣ ਆਪਣੇ ਕੋਲ ਇੱਕ ਸੁਨਹਿਰੀ ਮੌਕਾ ਹੈ, ਸਰਕਾਰ ਵੀ ਆਪਣੀ ਹੈ। ਇੱਕ ਨਵੀਂ ਉਮਰ ਦਾ ਜਸਪ੍ਰੀਤ ਸਿੰਘ ਜੀਨਾ ਦਾ ਚੋਣ ਨਿਸ਼ਾਨ ਬਾਜੀ ਔਰ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਦਾ ਕੀ ਨਾਲ ਸਾਡੇ MLA ਸਾਹਿਬ ਦਾ ਵੀ ਪੂਰਾ ਹੱਥ ਹੈ, ਤਾਂ ਕਿ ਕਿਸੇ ਕਿਸਮ ਦੀ ਆਪਾਂ ਨੂੰ ਕੋਈ ਦਿੱਕਤ ਪੈਸੇ ਵੱਲੋਂ ਨਹੀਂ ਆਉਗੀ। ਬਾਕੀ ਡਿਟੇਲ MLA ਸਾਹਿਬ ਦੱਸਣਗੇ। ਬੇਨਤੀ ਕਰਦੇ ਹਾਂ ਸਤਿਕਾਰਯੋਗ MLA ਸਾਹਿਬਾਨ 2-4 ਮਿੰਟ ਲਈ ਆਪਣਾ ਮੈਚ ਤੇ ਆਉਣ। ਰੌਣੀ ਜੀ ਦਾ ਗੁਰਦੀਪ ਸਿੰਘ ਜਲਮਗੜ੍ਹ, ਭਾਖੜ ਤੋਂ ਨਵੇਂ ਚੁਣੇ ਗਏ ਸਰਪੰਚ ਦਾ ਹਰਪਿੰਦਰ ਸਿੰਘ ਜੀ, ਇਸ ਨਗਰ ਦੇ ਬਹੁਤ ਹੀ ਸੀਨੀਅਰ ਆਗੂ ਮਾਸਟਰ ਰਾਮ ਸਿੰਘ ਜੀ, BDO ਸਾਹਿਬ ਪ੍ਰੀਤ ਜੀ, ਪੱਪੂ ਜੀ ਕਾਲਾ ਜੀ ਤੇ ਸਰਪੰਚ ਜੀ ਦੇ ਸਾਡੇ ਉਮੀਦਵਾਰ ਜਸਪ੍ਰੀਤ ਬਾਈ ਸੋਨੀ ਜੀ, ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਤੇ ਬਾਕੀ ਸਾਡੇ ਪੰਜ ਸਾਹਿਬਾਨ, ਤੁਸੀਂ ਇਸ ਨਗਰ ਨੇ ਬਹੁਤ ਹੀ ਵਧੀਆ ਤੇ ਸਾਂਝੀ ਗੱਲ ਜਿਹੜੀ ਕੀਤੀ ਹੈ, ਇੱਕ ਨੌਜਵਾਨ ਨੂੰ ਸਰਪੰਚੀ ਦਾ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣਾ ਕੇ ਸਾਡੇ ਕੋਲ ਭੇਜਿਆ ਤੇ ਅਸੀਂ ਉਹਨੂੰ ਕਿਹਾ ਕਿ ਤੂੰ ਤਕੜਾ ਹੋ ਕੇ ਲੜਾਈ ਲੜ, ਵੀ ਇਸ ਪਿੰਡ ਬਹੁਤ ਦੇਰ ਹੋ ਗਈ ਕਾਂਗਰਸ ਪਾਰਟੀ ਦਾ ਸਰਪੰਚ ਨਹੀਂ ਬਣਿਆ। ਕਾਂਗਰਸ ਪਾਰਟੀ ਨੇ 2017 ਚ ਜਦ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ, ਉਹਦੇ ਵਿੱਚ ਵਾਅਦਾ ਕੀਤਾ ਸੀ ਕਿਸਾਨ ਭਰਾਵਾਂ ਦੇ ਕਰਜ਼ਿਆਂ ਬਾਰੇ, SC ਭਰਾਵਾਂ ਦੇ ਕਰਜ਼ਿਆਂ ਬਾਰੇ, ਜਿਹਦੇ ਵਿੱਚ ਛੋਟੇ ਨਗਰ 72 ਲੱਖ ਰੁਪਈਆ ਵੱਖ ਵੱਖ ਬੈਂਕਾਂ ਦਾ ਮਾਫ ਹੋਇਆ ਤੇ 18 ਲੱਖ ਰੁਪਈਆ ਕੋਪਰੇਟਿਵ ਸੁਸਾਇਟੀ ਦਾ ਮਾਫ ਹੋਇਆ। ਕਿਸਾਨਾਂ ਦੇ ਨਾਂ ਤੇ, ਖੇਤੀ ਦੇ ਨਾਂ ਤੇ ਜਿਹੜੇ ਠੇਕੇਦਾਰ ਪਿੰਡਾਂ ਚ ਵੀ ਬਣੇ ਹੋਏ ਨੇ ਤੇ ਪੰਜਾਬ ਚ ਵੀ ਬਣੇ ਹੋਏ ਨੇ, ਉਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦੇ ਹਾਂ ਕਿ ਕਿਸਾਨੀ ਦੇ ਨਾਂ ਤੇ ਕਿੰਨੀ ਵਾਰ ਸਰਕਾਰਾਂ ਬਣੀਆਂ? ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣਿਆ, ਬੜੀਆਂ ਟਾਹਰਾਂ ਮਾਰਦੇ ਨੇ ਕਿਸਾਨੀ ਨੂੰ ਲੈ ਕੇ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕਿਹਾ ਸੀ, ਆਹ ਦੇਖ ਲਓ ਤੁਹਾਡੇ ਪਿੰਡ ਦੇ 90 ਲੱਖ ਰੁਪਈਆ ਕਰਜ਼ਾ ਮਾਫ ਹੋਇਆ, ਜੇ ਕਦੇ ਕਿਸੇ ਨੇ ਪੰਜੀ ਵੀ ਕੀਤੀ ਹੈ ਤਾਂ ਕਾਂਗਰਸ ਪਾਰਟੀ ਉਹਦੀ ਦੇਣਦਾਰ ਹੋਊਗੀ। ਇਸ ਕਰਕੇ ਸ਼ਡਿਊਲ ਕਾਸਟਾਂ ਦਾ 350 ਕਰੋੜ ਰੁਪਏ SC ਕਾਰਪੋਰੇਸ਼ਨਾਂ ਦਾ ਕਰਜ਼ਾ ਸੀ, ਉਹ ਵੀ ਕਾਂਗਰਸ ਪਾਰਟੀ ਨੇ ਮਾਫ ਕੀਤਾ ਵਾ। ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਨਹੀਂ ਕੀਤਾ। ਦੂਸਰੇ ਪਾਸੇ ਜਦੋਂ ਇਹ ਸਰਕਾਰ ਛੱਡ ਕੇ ਗਏ ਨੇ, 2.25 ਲੱਖ ਕਰੋੜ ਦਾ ਪੰਜਾਬ ਚ ਕਰਜ਼ਾ, ਨਾਲੇ ਤਾਂ ਕਰਜ਼ੇ ਦੀਆਂ ਕਿਸ਼ਤਾਂ ਮੋੜਦਿਆਂ ਨਾਲੇ ਕਿਸਾਨੀ ਦੀ ਬਾਂਹ ਫੜੀ ਆ ਤੇ ਦਲਤਾਂ ਦੀ ਬਾਂਹ ਫੜੀ ਆ, ਤੇ ਆਉਣ ਵਾਲੇ ਦਿਨਾਂ ਪੰਜਾਬ ਸਰਕਾਰ ਨੇ ਜਿਹੜੇ ਕੰਮ ਕਰਨੇ ਨੇ ਤੇ ਜਿਹੜੇ ਪਿੱਛੇ ਕੀਤੇ ਨੇ, ਪਿਛਲੇ 10 ਸਾਲਾਂ ਸੜਕਾਂ ਦਾ ਕੀ ਹਾਲ ਸੀ, ਤਾਲ ਹਲਕੇ ਅੰਦਰ ਅਸੀਂ 306 ਕਿਲੋਮੀਟਰ ਸੜਕਾਂ 105 ਕਰੋੜ ਰੁਪਈਆ ਲਾ ਕੇ ਤਿਆਰ ਕਰਾ ਕੇ ਦਿੱਤੀਆਂ ਨੇ, ਤੇ ਇਹਨਾਂ ਨੇ ਸੜਕਾਂ ਵੀ ਟੁੱਟੀਆਂ ਦਿੱਤੀਆਂ ਤੇ ਪੰਜਾਬ ਦੇ ਵਿੱਚ
ਜਿਹੜੀ ਬਰਬਾਦੀ ਹੋਈ ਵੱਡੇ ਪੱਧਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਦੇ ਮੁੱਖ ਦੋਸ਼ੀ ਜਸਟਰ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਵਿੱਚ ਪਾਏ ਗਏ ਨੇ। ਉਹਦੇ ਤੇ ਜਿਹੜੀ ਮਹਾਰਾਜਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਸਿੱਟ ਬਣਾਈ ਆ, ਉਹਦੇ ਜਦੋਂ ਰਿਜ਼ਲਟ ਆਉਣਗੇ ਉਹ ਵੀ ਲੋਕਾਂ ਦੇ ਸਾਹਮਣੇ ਆਉਣਗੇ, ਤੇ ਜੋ ਵੀ ਜਨਤਾ ਦਾ ਕੰਮ ਜੋ ਵੀ ਕਹਿੰਦੇ ਅਸੀਂ ਕਰਕੇ ਦੇਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਐਲਏ ਸਰਦਾਰ ਲਖਵੀਰ ਸਿੰਘ ਪਾਇਲ ਜੀ, ਜੋ ਵਚਨਬੱਧਤਾ ਸੀ ਕਿ ਪੰਜਾਬ ਨੂੰ ਡਿਵੈਲਪ ਕਰਨਾ, ਪੰਜਾਬ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਹੈ, ਉਹ ਤਾਂ ਹੀ ਹੋ ਸਕੇਗੀ ਜੇ ਆਪਾਂ ਆਪਣੀਆਂ ਕਾਂਗਰਸ ਪਾਰਟੀ ਦੀਆਂ ਪੰਚਾਇਤਾਂ ਚੁਣਾਂਗੇ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਕਰਜ਼ੇ, ਸ਼ਡਿਊਲ ਕਾਸਟ ਐਸਟੀਆਂ ਦੇ ਕਰਜ਼ੇ ਔਰ ਹੋਰ ਪੰਜਾਬ ਸਰਕਾਰ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਹਮੇਸ਼ਾ ਸੋਚ ਰਹੀ ਹੈ ਕਿ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਕਿਸਾਨੀ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਐਸਟੀ ਵਰਗ ਜਾਂ ਜਿਹੜੇ ਛੋਟੇ ਵਰਗ ਨੇ ਉਹਨਾਂ ਨੂੰ ਹਮੇਸ਼ਾ ਹੀ ਉੱਚਾ ਕਰਨ ਲਈ ਕੈਪਟਨ ਅਮਰਿੰਦਰ ਅਮਰੀਕਾ ਵਾਲੇ ਟਾਈਮ ਨਾਲ ਕੈਨੇਡਾ ਵਾਲੇ ਨਾਲ ਪੰਚਾਇਤੀ ਚੋਣਾਂ ਦੇ ਪ੍ਰਚਾਰ ਲਈ ਪਿੰਡ ਜਰਗ ਵਿਖੇ ਹਲਕਾ ਪਹਿਲ ਤੋਂ ਐਮਐਲਏ ਲਖਵੀਰ ਸਿੰਘ ਲੱਖਾ ਸਾਡੇ ਦਰਮਿਆਨ ਅੱਜ ਪਹੁੰਚੇ ਨੇ। ਸਰ, ਅੱਜ ਤੁਸੀਂ ਜੋ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਇਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੁੰਦੇ, ਕੀ ਚੋਣ ਮੈਨੀਫੈਸਟੋ ਨੇ ਲੋਕਾਂ ਲਈ? ਚੋਣ ਮੈਨੀਫੈਸਟੋ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਸਪਸ਼ਟ ਕਰਤੇ ਸੀ, ਉਹ ਇੰਪਲੀਮੈਂਟ ਅਸੀਂ ਕਰ ਰਹੇ ਹਾਂ। ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਰਹੇ ਹਾਂ, ਐਸਸੀ ਕਾਰਪੋਰੇਸ਼ਨਾਂ ਦੇ ਕਰਜ਼ੇ ਮਾਫ਼ ਕਰ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਜਾ ਰਹੇ ਹਾਂ, ਅਤੇ ਪੰਚਾਇਤਾਂ 'ਚ ਬੜਾ ਉਤਸ਼ਾਹ ਲੋਕਾਂ 'ਚ ਬਣਨ 'ਚ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਜਾਤੀਆਂ ਪਿਛਲੇ 10 ਸਾਲਾਂ ਦੀਆਂ ਉਹਨਾਂ 'ਤੇ ਨੱਥ ਪਾਈ ਗਈ, ਅਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਬਚਨਬੱਧ ਨੇ। ਲੋਕ ਬੜੀ ਸੁਹਿਰਦਾ ਨਾਲ ਅਤੇ ਆਪਣਾਪਨ ਸਮਝ ਕੇ ਕਾਂਗਰਸ ਪਾਰਟੀ 'ਚ ਜਿਤਾਉਣ ਦਾ ਜਾ ਰਹੀ ਆ, ਅਤੇ ਬਹੁਤ ਸਾਰੀਆਂ ਪੰਚਾਇਤਾਂ ਸਹਿਮਤੀ ਨਾਲ ਬਣੀਆਂ ਨੇ ਪੈਲ ਹਲਕੇ ਅੰਦਰ, ਅਤੇ ਹੋਰ ਜਿੱਥੇ ਵੀ ਸਾਡੇ ਸਰਪੰਚ ਖੜ੍ਹੇ ਨੇ ਸਰਕਾਰ ਪੱਖੀ ਲੋਕ ਪੰਚਾਇਤ ਬਣਾ ਕੇ ਖੁਸ਼ ਨੇ। ਸੋ ਕਈ ਪਿੰਡਾਂ ਦੇ ਵਿੱਚ ਗਲੀਆਂ ਹਾਲੇ ਵੀ ਥੋੜ੍ਹੀਆਂ ਪੱਕੇ ਨੇ, ਉੱਥੇ ਇੰਟਰ ਲੋਕ ਨਹੀਂ ਲੱਗੀ, ਉਹਨਾਂ ਬਾਰੇ ਕੋਈ ਪਲੈਨ ਹੈਗੇ ਫਿਊਚਰ ਦੇ ਵਿੱਚ ਜੇ ਪੰਚਾਇਤ ਬਣਦੀ ਹੈ? ਪੰਚਾਇਤ ਬਣਨੀ ਆ ਤਾਂ 100% ਆ, ਕੰਮ ਵੀ 100% ਹੋਣੇ ਨੇ, ਫਿਰ ਵੀ ਸਾਡੀ ਤਰਜੀਹ ਆ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ। ਸੋ ਇਹ ਸੀ ਲਖਵੀਰ ਸਿੰਘ ਲੱਖਾ, ਜਿਹੜੇ ਚੋਣ ਪ੍ਰਚਾਰ ਲਈ ਅੱਜ ਪਿੰਡ ਜਰਗ ਵਿਖੇ ਪਹੁੰਚੇ। ਪੱਤਰਕਾਰ ਲਖਵਿੰਦਰ ਸਿੰਘ ਦੀ ਪਿੰਡ ਜਰਗ ਤੋਂ ਵਿਸ਼ੇਸ਼ ਰਿਪੋਰਟ।